ਕਹੂੰਗਾ ਮਾਂ ਫਿਲਮ ਤੋਂ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ, ਤੁਸੀਂ ਆਪਣੀ ਮਾਂ ਦੀ ਹੋਰ ਵੀ ਰਿਸਪੈਕਟ ਕਰੋਗੇ, ਅਤੇ ਜਦੋਂ ਵੀ ਫਿਲਮ ਦੇਖ ਕੇ ਜਾਓਗੇ ਮੰਮੀ ਨੂੰ ਘੁੱਟ ਕੇ ਜੱਫੀ ਪਾਓਗੇ ਅਤੇ ਕਹੋਗੇ ਆਈ ਲਵ ਯੂ ਮੰਮੀ। ਇੱਦਾਂ ਦੀਆਂ ਫਿਲਮਾਂ ਬਹੁਤ ਬਣਦੀਆਂ, ਬਹੁਤ ਮੁਸ਼ਕਿਲ ਹੈ, ਆਉਂਦੀਆਂ ਬਹੁਤ ਦੇਰ ਬਾਅਦ ਹੈ। ਇੰਨੀਆਂ ਸੋਹਣੀਆਂ ਫਿਲਮਾਂ ਬਣਾਉਣ ਲਈ, ਇੰਨੀਆਂ ਵਧੀਆ ਫਿਲਮਾਂ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੈ। ਤੁਹਾਨੂੰ ਇਹ ਕਹਿਣਾ ਚਾਹੂੰਗਾ ਮੇਰਾ ਵੀਰ, ਦੇਖੀਏ ਅਰਥ ਪ੍ਰਕਾਸ਼ ਔਰ ਦੇਖਤੇ ਰਹੀਏ ਔਰ ਸਬਸਕ੍ਰਾਈਬ ਕਰੀਏ ਇਨਕੇ ਚੈਨਲ ਕੋ, ਔਰ ਕਮੈਂਟ ਕਰਕੇ ਬਤਾਈਏ ਇਸ ਇੰਟਰਵਿਊ ਮੇਂ ਮੈਂ ਕੈਸਾ ਲੱਗ ਰਹਾ ਹੂੰ। ਨਮਸਕਾਰ ਦੋਸਤੋ, ਮੈਂ ਮਨੀਸ਼ ਕੁਮਾਰ, ਇਸ ਵਕਤ ਮੈਂ ਮੌਜੂਦ ਹਾਂ ਵੱਡਾ ਗਰੇਵਾਲ ਬਾਈ ਜੀ ਨਾਲ। ਬਾਈ ਜੀ, ਮਾਂ ਫਿਲਮ ਆ ਗਈ, ਕੀ ਕਹਿਣਾ ਚਾਹੋ? ਮਾਂ ਫਿਲਮ ਆਈ ਨਹੀਂ ਜੀ, ਅਜੇ ਆ ਰਹੀ ਆ, ਟ੍ਰੇਲਰ ਅਨਾਊਂਸ ਹੋ ਗਿਆ ਜੀ। ਹਾਂਜੀ, ਅਤੇ ਮਾਂ ਫਿਲਮ ਬਾਰੇ ਮੈਂ ਇਹ ਕਹਿਣਾ ਚਾਹੂੰਗਾ, ਮਾਂ ਫਿਲਮ ਤੋਂ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ, ਤੁਸੀਂ ਆਪਣੀ ਮਾਂ ਦੀ ਹੋਰ ਵੀ ਰਿਸਪੈਕਟ ਕਰੋਗੇ, ਅਤੇ ਜਦੋਂ ਵੀ ਫਿਲਮ ਦੇਖ ਕੇ ਜਾਓਗੇ ਮੰਮੀ ਨੂੰ ਘੁੱਟ ਕੇ ਜੱਫੀ ਪਾਓਗੇ ਅਤੇ ਕਹੋਗੇ ਆਈ ਲਵ ਯੂ ਮੰਮੀ, ਅਤੇ ਜ਼ਰੂਰ ਇਹ ਫਿਲਮ ਦੇਖਣ ਜਾਓ, ਫੈਮਿਲੀ ਵਾਲੀ ਫਿਲਮ ਆ। ਤੁਹਾਡਾ ਕੀ ਖਾਸ ਰੋਲ ਹੈ ਭਾਅ ਜੀ ਇਸ ਫਿਲਮ ਦੇ ਵਿੱਚ, ਆਪਣੇ ਰੋਲ ਦੇ ਬਾਰੇ, ਮਤਲਬ ਜੋ ਤੁਸੀਂ ਇਸ ਫਿਲਮ ਦੇ ਵਿੱਚ ਕੀਤਾ ਅਤੇ ਮੂਵਮੈਂਟ ਦੱਸੋ ਕਿ ਕਿਆ ਕੁਛ ਖਾਸ ਸੀਗਾ ਸੈੱਟ ਦੇ? ਨਹੀਂ, ਕੋਈ ਬਹੁਤਾ ਬਹੁਤੀ ਖਾਸ ਚੀਜ਼ ਨਹੀਂ ਹੈਗੀ, ਅਤੇ ਮੈਂ ਨੈਗੇਟਿਵ ਕਰੈਕਟਰ ਪਹਿਲੀ ਵਾਰੀ ਕੀਤਾ, ਬਸ ਇਹੀ ਖਾਸ ਗੱਲ ਆ, ਅਤੇ ਮੈਨੂੰ ਬੜਾ ਵਧੀਆ ਲੱਗਿਆ ਤਾਂ ਇਹ ਕਰੈਕਟਰ ਕਰਕੇ, ਕਿਉਂਕਿ ਜਦੋਂ ਵੀ ਤੁਸੀਂ ਕੁਛ ਨਵਾਂ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਸਕਰੀਨ 'ਤੇ ਦੇਖਣਾ, ਮੈਂ ਹੁੰਦਾ ਮੈਨੂੰ ਹੁਣ ਆਇਆ ਹੋਇਆ ਪਿਆ, ਮੈਂ ਕਦੋਂ ਆਪਣੇ ਆਪ ਨੂੰ ਵੱਡੀ ਸਕਰੀਨ 'ਤੇ ਦੇਖਾਂ ਕਿ ਮੈਂ ਕਿੱਦਾਂ ਦਾ ਕੰਮ ਕੀਤਾ। ਅਤੇ ਭਾਅ ਜੀ, ਇਸ ਤੋਂ ਬਾਅਦ ਤੁਹਾਡੀ ਦਰਸ਼ਕਾਂ ਨੂੰ ਕਿਹੜੀ ਮੂਵੀ ਦੇਖਣ ਨੂੰ ਮਿਲੇਗੀ? ਇਸ ਤੋਂ ਬਾਅਦ ਆ ਰਹੀ ਆ ਪੋਸਤੀ 3 ਜੂਨ ਨੂੰ, ਮੇਰਾ ਵੀਰ ਜ਼ਰੂਰ ਦੇਖਣ ਜਾਏ, ਉਹ 'ਚ ਤੁਹਾਨੂੰ ਬਿਲਕੁਲ ਹੀ ਅਲੱਗ, ਬਿਲਕੁਲ ਹੀ ਕੀ ਹੁੰਦਾ ਉਹ ਇੰਗਲਿਸ਼ 'ਚ, ਉਹ ਐਕਸਾਈਟਮੈਂਟ ਬਿਲਕੁਲ ਨਹੀਂ, ਬਿਲਕੁਲ ਅਲੱਗ ਵੀ, ਇਹ ਤੋਂ ਬਿਲਕੁਲ ਉਲਟਾ। ਕੀ ਹੁੰਦਾ ਇੰਗਲਿਸ਼ 'ਚ, ਕੀ ਹੁੰਦਾ ਉਹ ਇੰਗਲਿਸ਼? ਸਾਨੂੰ ਵੀ ਆਉਂਦੀ ਭਾਅ ਜੀ, ਓਪੋਜਿਟ, ਇਹ ਤੋਂ ਬਿਲਕੁਲ ਓਪੋਜਿਟ ਅਲੱਗ ਤੁਹਾਨੂੰ ਰੋਲ ਮਿਲੂਗਾ ਦੇਖਣ। ਥੈਂਕ ਯੂ ਭਾਅ ਜੀ, ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗੇ ਲਾਸਟ ਮੈਸੇਜ? ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ ਮੇਰਾ ਵੀਰ, ਦੇਖੀਏ ਅਰਥ ਪ੍ਰਕਾਸ਼ ਔਰ ਦੇਖਤੇ ਰਹੀਏ ਔਰ ਸਬਸਕ੍ਰਾਈਬ ਕਰੀਏ ਇਨਕੇ ਚੈਨਲ ਕੋ, ਔਰ ਕਮੈਂਟ ਕਰਕੇ ਬਤਾਈਏ ਇਸ ਇੰਟਰਵਿਊ ਮੇਂ ਮੈਂ ਕੈਸਾ ਲੱਗ ਰਹਾ ਹੂੰ। ਫਿਲਮ 'ਚ ਮੈਂ ਦਿਵਿਆ ਜੀ ਦਾ ਭਰਾ। ਅੱਛਾ ਜੀ। ਅਤੇ ਆਮ ਹੀ ਹੈ ਪਿੰਡਾਂ 'ਚ ਕਿ ਜਦੋਂ ਭੈਣਾਂ ਰੰਡੀਆਂ ਹੋ ਜਾਂਦੀਆਂ ਭਰਾ ਜਾਂਦੇ ਨੇ, ਅਤੇ ਮੈਂ ਉਹ ਕਿਰਦਾਰ ਨਿਭਾ ਰਿਹਾ, ਅਤੇ ਬੇਸ਼ੱਕ ਮੇਰੀ ਉਹ ਭੈਣ ਦਾ ਕਰੈਕਟਰ ਕਰ ਰਹੀ ਆ, ਪਰ ਮੈਂ ਉਹਨੂੰ ਮਾਂ ਸਮਝ ਕੇ ਡਾਇਲੋਗ ਬੋਲੇ ਨੇ। ਤਾਂ ਭਾਅ ਜੀ, ਇਸ ਤੋਂ ਪਹਿਲਾਂ ਕਿਹੜੀ ਕਿਹੜੀ ਫਿਲਮ 'ਚ ਤੁਸੀਂ ਕੰਮ ਕੀਤਾ ਉਹਦੇ ਬਾਰੇ ਥੋੜ੍ਹਾ ਦੱਸੋ, ਕਿਹੜੀ ਕਿਹੜੀ ਮੂਵੀ 'ਚ? ਬਾਬੇ ਜੇ ਸ਼ੁਰੂ ਕੀਤਾ ਜਾਵੇ ਤਾਂ ਮੜੀ ਦਾ ਦੀਵਾ 1990 'ਚ, ਤੁਸੀਂ ਜੰਮੇ ਵੀ ਨਾ ਹੋਵੋਗੇ, ਰਾਜ ਬੱਬਰ, ਦੀਪਤੀ ਨਵਲ, ਪ੍ਰਿਕਸ ਸਾਨੀ ਨੈਸ਼ਨਲ ਅਵਾਰਡ ਲੈ ਗਈ ਸੀ। ਅਤੇ 2 ਹਰਜੀਤਾ ਤਾਂ ਵੇਖੀ ਆ, ਨੈਸ਼ਨਲ ਅਵਾਰਡ ਲੈ ਗਈ ਸੀ। ਰੱਬ ਦਾ ਰੇਡੀਓ 2 ਤਾਂ ਦੇਖੀ ਹੈ, ਨੈਸ਼ਨਲ ਅਵਾਰਡ ਲੈ ਗਈ ਸੀ, ਅਤੇ ਨੈਸ਼ਨਲ ਅਵਾਰਡ ਹੀ ਫਿਲਮ ਆ ਲੈ ਕੇ ਜਾਓ। ਸਰ, ਇਸ ਤੋਂ ਬਾਅਦ ਤੁਹਾਡੀ ਕਿਹੜੀ ਮੂਵੀ ਦੇਖਣ ਨੂੰ ਮਿਲੇਗੀ? ਮੇਰੀ ਫਿਲਮ ਮਿਲੂਗੀ ਤੁਹਾਨੂੰ ਬਾਜਰੇ ਦਾ ਸਿੱਟਾ, ਗਲਵੱਕੜੀ। ਤਾਂ ਕਦੋਂ ਆ ਰਹੀ ਹੈ ਸਰ ਉਹ ਮੂਵੀ? 22-23 ਜੁਲਾਈ ਤੱਕ ਸ਼ਾਇਦ, ਮੈਂ ਕੱਲ੍ਹ ਹੀ ਡਬਿੰਗ ਕਰਕੇ ਆਇਆ। ਜਸ ਗਰੇਵਾਲ ਦੀ ਬਹੁਤ ਪਿਆਰੀ ਫਿਲਮ ਹੈ ਔਰ ਮਲਟੀ ਸਟਾਰ ਨੇ ਸਾਰੇ ਐਕਟਰ ਨੇ। ਫਿਰ ਮੇਰੀ ਸਰਤਾਜ ਨਾਲ ਆ ਰਹੀ ਹੈ ਕਲੀ ਜੁੱਟਾ, ਫਿਰ ਮੇਰੀ ਆ ਰਹੀ ਹੈ ਜਗਦੀਪ ਸਿੱਧੂ ਜੀ, ਤੁਹਾਨੂੰ ਪਤਾ ਹੀ ਕਿੱਡੇ ਕਹਾਣੀਕਾਰ ਤਕੜੇ ਨੇ, ਮੋ ਸਰਗਣ ਮਹਿਤਾ ਜੀ ਔਰ ਬਿੰਦਰਖੀਏ ਦਾ ਬੇਟਾ, ਉਹਨਾਂ ਨੇ ਹੀਰੋ ਲਿਆ, ਕਮਾਲ ਦੀ ਕਹਾਣੀ ਆ। ਇੱਦਾਂ ਦੀਆਂ ਮੇਰੀਆਂ ਸਟੋਰੀਆਂ ਅੱਗੇ ਆ ਰਹੀਆਂ। ਸਰ, ਮਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਮਾਂ ਫਿਲਮ ਨੂੰ ਲੈ ਕੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਰ, ਮੈਂ ਇੰਨਾ ਕੁ ਜ਼ਰੂਰ ਕਹੂੰਗਾ ਕਿ ਇਹ ਫਿਲਮ ਵੇਖ ਕੇ ਕੋਈ ਮੁੰਡਾ ਆਪਦੀ ਮਾਂ ਨੂੰ ਬਿਰਧ ਆਸ਼ਰਮ 'ਚੋਂ ਲੈ ਕੇ ਆਊਗਾ, ਲਿਖ ਲਓ 101% ਹੈ।
ਬਿਰਧ ਆਸ਼ਰਮ 'ਚੋਂ ਲੈ ਕੇ ਆਓਗੇ, ਇੱਕ ਵੀ ਲੈ ਕੇ ਆ ਗਿਆ ਨਾ ਫਿਲਮ ਸੰਪੂਰਨ ਹੋ ਗਈ। ਅਤੇ ਦੁਖਦਾਈ ਦੀ ਗੱਲ ਹੈ ਕਿ ਬਿਰਧ ਆਸ਼ਰਮ ਉੱਗ ਰਹੇ ਨੇ, ਬਹੁਤ ਮਾੜੀ ਗੱਲ ਆ, ਬਹੁਤ ਮਾੜੀ। ਇਸ ਵਕਤ ਸਾਡੇ ਨਾਲ ਮੌਜੂਦ ਹੈ ਆਸ਼ੀਸ਼ ਦੁੱਗਲ ਜੀ, ਖਾਸ ਗੱਲਬਾਤ ਕਰਾਂਗੇ ਸਰ। ਮਾਂ ਫਿਲਮ ਆ ਗਈ ਹੈ ਸਰ, ਅੱਜ ਲਾਂਚ ਹੋ ਗਈ ਹੈ ਸਰ, ਟ੍ਰੇਜ਼ਰ ਆ ਗਿਆ, ਤਾਂ ਕੀ ਕਹਿਣਾ ਚਾਹੁੰਦੇ? ਬਸ ਟ੍ਰੇਲਰ ਆ ਗਿਆ, ਟ੍ਰੇਲਰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੁਣ ਫਿਲਮ ਕਿੱਦਾਂ ਦੀ ਹੈ। ਅਤੇ 6 ਤਰੀਕ ਨੂੰ ਯਾਨੀ ਕਿ ਪਰਸੋਂ ਫਿਲਮ ਥੀਏਟਰ ਘਰਾਂ 'ਚ ਲੱਗ ਜਾਣੀ ਹੈ, ਅਤੇ ਉਸ ਤੋਂ ਬਾਅਦ ਫਿਲਮ ਦੇਖੋ। ਅਤੇ ਮੈਂ ਇਹ ਗਰੰਟੀ ਦਿੰਦਾ ਕਿ ਫਿਲਮ ਬਹੁਤ ਬਿਹਤਰ ਹੈ, ਇੱਦਾਂ ਦੀਆਂ ਫਿਲਮਾਂ ਬਹੁਤ ਘੱਟ ਬਣਦੀਆਂ, ਕਦੇ ਕਦੇ ਹੀ ਬਣਦੀਆਂ ਨੇ। ਅਤੇ ਚੰਗੀ ਫਿਲਮ ਬਣੀ ਹੈ ਅਤੇ ਆਪਣੀ ਫੈਮਿਲੀ ਨਾਲ ਬੈਠ ਕੇ ਤੁਸੀਂ ਇੱਦਾਂ ਫਿਲਮ ਦੇਖ ਸਕਦੇ ਹੋ। ਕੋਸ਼ਿਸ਼ ਕਰਕੇ ਮਾਂ ਨਾਲ ਦੇਖਣ ਜ਼ਰੂਰ ਕੋਸ਼ਿਸ਼ ਕਰਿਓ, ਬਿਕੋਜ਼ ਮਦਰਸ ਡੇ ਵੀ ਹੈਗਾ ਉਦੋਂ, ਅਤੇ ਮਾਂ ਨਾਲ ਜਾ ਕੇ ਫਿਲਮ ਦੇਖੋਗੇ, ਤੁਹਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਸਰ ਤੁਹਾਡਾ ਕੀ ਰੋਲ ਹੈ ਇਹਦੇ ਵਿੱਚ, ਆਪਣੇ ਰੋਲ ਬਾਰੇ ਸਰ ਸਾਨੂੰ ਦੱਸਿਓ। ਮੇਰਾ ਹਮੇਸ਼ਾ ਦੀ ਤਰ੍ਹਾਂ ਇੱਕ ਗ੍ਰੇ ਕਰੈਕਟਰ ਹੈ, ਨੈਗੇਟਿਵ ਕਰੈਕਟਰ ਜੋ ਵੀ ਕਹਿ ਲਓ ਉਹਨੂੰ। ਬੇਸਿਕਲੀ ਫਿਲਮ ਜੋ ਹੈ ਇੱਕ ਫੈਮਿਲੀ ਦੀ ਪੂਰੀ ਫਿਲਮ ਹੈਗੀ ਹੈ, ਤਾਣਾ ਬਾਣਾ ਜਿਵੇਂ ਆਪਣੇ ਸ਼ਰੀਕਿਆਂ 'ਚ ਹੁੰਦਾ, ਚਾਚੇ ਤਾਏ ਮਾਮੇ, ਔਰ ਮੈਂ ਉਹਦੇ 'ਚ ਇੱਕ ਨੈਗੇਟਿਵ ਗ੍ਰੇ ਕਰੈਕਟਰ ਕਰ ਰਿਹਾ, ਕਿਰਦਾਰ ਹੈ। ਅਤੇ ਬਾਕੀ ਫਿਲਮ ਸਾਰੀ ਵੈਸੇ ਤਾਂ ਮਾਂ ਦੇ ਆਸ ਪਾਸ ਘੁੰਮਦੀ ਹੈ, ਪਰ ਮੇਰਾ ਕਿਰਦਾਰ ਜਿਹੜਾ ਇਹ 'ਚ ਨੈਗੇਟਿਵ ਜੋ ਮੇਨ ਬੰਦਾ ਹੈਗਾ, ਖਰਾਬ ਵਿਲਨ ਜਿਹਨੂੰ ਕਹਿੰਦੇ ਆ, ਉਹ ਮੈਂ ਕਰ ਰਿਹਾ। ਸਰ ਮੈਂ ਉਹਨੇ ਤੁਹਾਡਾ ਇੰਟਰਵਿਊ ਸੁਣ ਰਿਹਾ ਸੀਗਾ, ਤੁਸੀਂ ਕਹਿ ਰਹੇ ਸੀ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਇੱਕ ਫੌਜੀ ਦਾ ਰੋਲ ਕਰਾਂਗਾ, ਆਰਮੀ ਔਫਿਸਰ ਦਾ ਰੋਲ ਕਰਾਂਗਾ, ਤਾਂ ਸਰ ਉਹਦੇ ਬਾਰੇ ਥੋੜ੍ਹਾ ਦੱਸੋ ਯਾਰ, ਕਦ ਤੱਕ ਤੁਹਾਨੂੰ ਆਰਮੀ ਔਫਿਸਰ ਦੀ ਡਰੈਸ ਦੇ ਵਿੱਚ ਅਸੀਂ ਦੇਖਾਂਗੇ? ਦੇਖੋ ਜਲਦੀ ਹੋ ਸਕਦਾ, ਪਿੱਛੇ ਵੀ ਮੇਰੀ ਗੱਲ ਚੱਲ ਰਹੀ ਹੈ, ਪਹਿਲਾਂ ਵੀ ਇੱਕ ਲੋਕਡਾਊਨ ਤੋਂ ਪਹਿਲਾਂ ਹੋਈ ਸੀਗੀ। ਐਕਚੁਅਲੀ ਕਿ ਨਾ ਆਰਮੀ ਵਾਲੇ ਜੋ ਆਪਣੇ ਕਿਸਾਨ ਭਾਈ ਆਰਮੀ 'ਚ ਚਲੇ ਜਾਂਦੇ, ਉਹਨਾਂ ਦੀ ਲਾਈਫ 'ਚ ਸਟਰਗਲ ਬਹੁਤ ਹੈ। ਇੱਕ ਤਾਂ ਆਪਣੀ ਪੂਰੀ ਫੈਮਿਲੀ ਛੱਡ ਕੇ ਉਹ ਬਾਰਡਰ 'ਤੇ ਰਹਿੰਦੇ ਹੈ, ਅਤੇ ਕਿੱਦਾਂ ਦਾ ਵੀ ਮੌਸਮ ਹੋਵੇ, ਕੁਛ ਵੀ ਹੋਵੇ, ਉਹ 2-4 ਮਹੀਨੇ ਛੁੱਟੀ ਆਉਂਦੇ ਨੇ, ਫਿਰ ਖੇਤਾਂ 'ਚ ਕੰਮ ਲੱਗੇ ਰਹਿੰਦੇ। ਕਈ ਵਾਰ ਇੱਥੇ ਪਿੱਛੋਂ ਧੱਕਾ ਵੀ ਹੋ ਜਾਂਦਾ ਕਿ ਜ਼ਮੀਨ ਕਿਸੇ ਕਿਰਾਏ ਆਪਣੇ ਠੇਕੇ 'ਤੇ ਦਿੱਤੀ ਹੋਈ ਹੈ, ਬਰਾਬਰ ਦਿੰਦੇ ਆ ਠੇਕਾ ਜਾਂ ਨਹੀਂ ਦਿੰਦੇ। ਟਫ ਲਾਈਫ ਹੁੰਦੀ ਹੈ, ਇੱਕ ਓਨੈਸਟ ਬਹਾਦੁਰ ਬੰਦਾ ਆਰਮੀ ਤੋਂ ਆਰਮੀ ਵਾਲੇ ਤੋਂ ਬਿਹਤਰ ਨਹੀਂ ਹੋ ਸਕਦਾ, ਹੈ ਨਾ। ਮਤਲਬ ਜਿੱਦਾਂ ਕਹਿਤਾ ਲਕੀਰ ਅਤੇ ਫਕੀਰ, ਉਹਨਾਂ ਨੇ ਆਪਣੇ ਦੇਸ਼ ਲਈ ਅੰਦਰ ਦੇਸ਼ 'ਚ ਕੁਛ ਵੀ ਹੋ ਰਿਹਾ ਲੜ ਪੈਣਾ। ਤਾਂ ਇੱਦਾਂ ਦਾ ਇੱਕ ਕਿਰਦਾਰ ਮੇਰੀ ਇੱਛਾ ਹੈ ਕਿ ਮੇਰੇ ਹਿੱਸੇ ਆਵੇ ਤਾਂ ਮੈਂ ਕਰਾਂ। ਸਰ ਤੁਸੀਂ ਨੈਗੇਟਿਵ ਰੋਲ ਤੁਸੀਂ ਕਿਹਾ, ਜਿੱਦਾਂ ਕਿ ਮੈਂ ਨੈਗੇਟਿਵ ਰੋਲ ਹਮੇਸ਼ਾ ਕਰਦਾ ਹੁੰਦਾ, ਤੁਹਾਨੂੰ ਕਿੱਦਾਂ ਦਾ ਲੱਗਦਾ ਸਰ ਨੈਗੇਟਿਵ ਰੋਲ ਕਰਕੇ, ਕਿਉਂਕਿ ਫਿਲਮ 'ਚ ਸਾਰਾ ਕੁਛ ਲੱਗ ਹੀ ਹੁੰਦਾ ਤੁਹਾਡੇ ਕੋਲ? ਨਹੀਂ ਐਕਚੁਅਲੀ ਪਤਾ ਕੀ ਹੈ, ਜਿੱਦਾਂ ਰਾਮ ਰਾਵਣ, ਠੀਕ ਹੈ, ਸੱਚ ਝੂਠ, ਪੋਜ਼ੀਟਿਵ ਨੈਗੇਟਿਵ, ਇਹਨਾਂ ਦੋਨਾਂ ਦੀ ਇੰਪੋਰਟੈਂਸ ਬਰਾਬਰ ਹੁੰਦੀ ਹੈ ਬੇਸਿਕਲੀ, ਹੈ ਨਾ। ਆਪਾਂ ਬੈਟਰੀ ਦੀ ਤਾਰ ਵੀ ਅਗਰ ਨੈਗੇਟਿਵ ਲਾ ਲਓ ਤਾਂ ਪੋਜ਼ੀਟਿਵ ਨਾ ਲਾਓ, ਜਾਂ ਪੋਜ਼ੀਟਿਵ ਲਾ ਲਓ ਤਾਂ ਨੈਗੇਟਿਵ ਨਾਲ, ਤਾਂ ਬੈਟਰੀ ਚੱਲਦੀ ਨਹੀਂ, ਹੈ ਨਾ। ਉਹ ਉੰਨੀ ਇੰਪੋਰਟੈਂਸ ਹੁੰਦੀ ਹੈ, ਮੈਂ ਹਾਲਾਂਕਿ ਬਿਲੀਵ ਨਹੀਂ ਕਰਦਾ ਨੈਗੇਟਿਵ ਪੋਜ਼ੀਟਿਵ 'ਚ, ਕਿਰਦਾਰ ਹੁੰਦੇ ਸਾਡੀ ਜ਼ਿੰਦਗੀ ਦੇ ਆਸ ਪਾਸ, ਦੂਜਾ ਫਿਰ ਕਹਾਣੀ ਦਾ ਹਿੱਸਾ ਹੁੰਦੇ ਆ, ਉਹਨਾਂ ਬਗੈਰ ਕਹਾਣੀ ਅੱਗੇ ਵੱਧਦੀ ਨਹੀਂ ਹੈਗੀ। ਕਹਾਣੀ ਨੂੰ ਅੱਗੇ ਤੋਰਨ 'ਚ ਨੈਗੇਟਿਵ ਕਰੈਕਟਰ ਦੀ ਭੂਮਿਕਾ ਬਹੁਤ ਹੁੰਦੀ ਹੈ, ਔਰ ਕਿਉਂਕਿ ਨੈਗੇਟਿਵ 'ਚ ਬਹੁਤ ਸ਼ੇਡਸ ਹੁੰਦੇ ਆ, ਕਰਨ ਲਈ ਮੈਂ ਕੋਸ਼ਿਸ਼ ਕਰਦਾ ਹਰ ਫਿਲਮ 'ਚ ਇੱਕ ਅਲੱਗ ਤਰ੍ਹਾਂ ਦਾ ਕਿਰਦਾਰ ਕਰਾਂ, ਅਤੇ ਮੈਂ ਇੰਜੋਏ ਕਰਦਾ, ਔਰ ਕਿਉਂਕਿ ਮੈਂ ਜ਼ਿੰਦਗੀ 'ਚ ਬੜਾ ਪੋਜ਼ੀਟਿਵ ਹੈ, ਅਤੇ ਔਨ ਸਕਰੀਨ ਮੈਨੂੰ ਨੈਗੇਟਿਵ ਕਰਕੇ ਬਹੁਤ ਅੱਛਾ ਲੱਗਦਾ। ਸਰ ਨੈਗੇਟਿਵ ਅਤੇ ਪੋਜ਼ੀਟਿਵ ਰੋਲ 'ਚ ਕੀ ਫਰਕ ਹੈ? ਕੈਨ ਪੋਜ਼ੀਟਿਵ ਰੋਲ ਕਰਨਾ ਔਖਾ ਹੈ ਜਾਂ ਨੈਗੇਟਿਵ ਰੋਲ ਕਰਨਾ ਔਖਾ ਹੈ? ਦੇਖੋ ਔਖਾ ਤਾਂ ਕੁਛ ਨਹੀਂ ਹੈ, ਮੈਂ ਜ਼ਿੰਦਗੀ 'ਚ ਜੇ ਤੁਸੀਂ ਠਾਣ ਲੈ ਗਿਆ ਕੰਮ ਕਰਨਾ ਤਾਂ ਸੌਖਾ ਹੈ। ਔਖੀ ਚੀਜ਼ ਉਹ ਲੱਗਦੀ ਹੈ ਜਦੋਂ ਤੁਸੀਂ ਸੋਚ ਲੈਂਦੇ ਕਿ ਇਹ ਔਖੀ ਹੈ, ਉਹ ਬਾਕੀ ਜਿੱਥੋਂ ਤਾਂ ਨੈਗੇਟਿਵ ਪੋਜ਼ੀਟਿਵ ਦੀ ਗੱਲ ਹੈ, ਉਹ ਕੋਈ ਇੱਦਾਂ ਚੱਕਰ ਨਹੀਂ ਹੁੰਦਾ। ਮੈਂ ਹੋ ਸਕਦਾ ਇੱਕ ਬੰਦੇ ਲਈ ਨੈਗੇਟਿਵ ਜਾਂ ਗਲਤ ਹੋਵਾਂ, ਇੱਕ ਬੰਦੇ ਲਈ ਚੰਗਾ ਵੀ ਹੋ ਸਕਦਾ, ਉਹ ਤਾਂ ਕਿਹੜੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਉਹ ਦੇਖਿਆ। ਹੁਣ ਸਦਾਮ ਹੁਸੈਨ ਹੈ ਜਾਂ ਹਿਟਲਰ ਹੈ, ਆਪਾਂ ਆਮ ਲੋਕ ਨੂੰ ਵਿਲਨ ਦੀ ਤਰ੍ਹਾਂ ਜਾਂ ਮਤਲਬ ਬੜੇ ਕਰੂਅਲ ਬੰਦੇ ਦੇਖਦੇ ਹਾਂ, ਉਹ ਆਪਣੀ ਫੈਮਿਲੀ ਲਈ ਜਾਂ ਆਪਣੇ ਦੇਸ਼ ਦੇ ਬਾਕੀ ਲੋਕਾਂ ਲਈ, ਕਈਆਂ ਲਈ ਹੀਰੋ ਵੀ ਹੈਗੇ ਨੇ ਉਹ,
ਇਹ ਕਿਸ ਐਂਗਲ ਤੋਂ ਕਿਸ ਸਿਚੁਏਸ਼ਨ 'ਚ ਕਿੱਦਾਂ ਦੇਖਿਆ ਜਾ ਰਿਹਾ ਉਹ 'ਤੇ ਡਿਪੈਂਡ ਕਰਦਾ। ਸਰ ਮਾਂ ਫਿਲਮ ਤਾਂ ਆ ਗਈ ਸਰ, ਇਸ ਤੋਂ ਬਾਅਦ ਤੁਹਾਡੀ ਕਿਹੜੀ ਫਿਲਮ ਆਏਗੀ ਜਿਹੜੀ ਦੇਖਣ ਨੂੰ ਮਿਲੇਗੀ? ਦੇਖੋ ਹੁਣ ਵੈਸੇ ਤਾਂ ਮੇਰੀ ਇੱਕ ਵੈਬ ਸੀਰੀਜ਼ ਵੀ ਸੇਮ 6 ਤਰੀਕ ਨੂੰ ਆ ਰਹੀ ਹੈ ਤਖਤਗੜ੍ਹ ਯੂਟਿਊਬ 'ਤੇ ਔਰ ਐਮ ਐਕਸ 'ਤੇ, ਅਤੇ ਬਾਕੀ ਮੇਰੇ ਮੈਂ ਹਜੇ ਨਾਂ ਨਹੀਂ ਲੈ ਸਕਦਾ ਕਿਉਂਕਿ ਜਦੋਂ ਫਿਲਮਾਂ ਇੱਕ ਦੋ ਸ਼ੁਰੂ ਹੋਈਆਂ ਨੇ ਮੇਰੀਆਂ, ਕਿਉਂਕਿ ਲੋਕਡਾਊਨ ਆ ਗਿਆ ਵਿੱਚ, ਅਤੇ ਮੇਰੀਆਂ ਪਿਛਲੀਆਂ ਜਿਹੜੀਆਂ 7-8 ਫਿਲਮਾਂ ਰਿਲੀਜ਼ ਹੋਈਆਂ ਉਹ ਲੋਕਡਾਊਨ ਤੋਂ ਪਹਿਲਾਂ ਦੀ ਬਣੀਆਂ ਹੋਈਆਂ ਸੀਗੀਆਂ। ਹੁਣ ਲੋਕਡਾਊਨ ਖੋਲ੍ਹਿਆ, ਹੁਣ ਫਿਲਮਾਂ ਬਣ ਰਹੀਆਂ ਨੇ, ਅਤੇ ਜਿੱਦਾਂ ਜਿੱਦਾਂ ਬਣਨਗੇ ਉੱਦਾਂ ਉੱਦਾਂ ਆਉਂਦੇ ਰਹਿਣਗੇ ਨਾਲ। ਆਖਿਰ ਦੇ ਵਿੱਚ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਕਿ ਇੱਦਾਂ ਦੀਆਂ ਫਿਲਮਾਂ ਬਹੁਤ ਬਣਦੀਆਂ ਬਹੁਤ ਮੁਸ਼ਕਿਲ ਹੈ, ਆਉਂਦੀਆਂ ਬਹੁਤ ਦੇਰ ਬਾਅਦ ਹੈ, ਇੰਨੀਆਂ ਸੋਹਣੀਆਂ ਫਿਲਮਾਂ ਬਣਾਉਣ ਲਈ, ਇੰਨੀਆਂ ਵਧੀਆ ਫਿਲਮਾਂ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੈ। ਜਿਵੇਂ ਰਾਣੇ ਰਣਵੀਰ ਬਾਈ ਉਹਨਾਂ ਨੇ ਫਿਲਮ ਬਹੁਤ ਕਮਾਲ ਦੀ ਲਿਖੀ ਹੈ, ਵਕਤ ਲੱਗਿਆ ਲੇਕਿਨ ਬਹੁਤ ਵਧੀਆ ਲਿਖੀ ਹੈ, ਬਣੀ ਅੱਛੀ ਹੈ, ਡਾਇਰੈਕਟਰ ਅੱਛਾ ਹੈ, ਕਿਉਂਕਿ ਇੱਦਾਂ ਦੀ ਫਿਲਮਾਂ ਹੁਣ ਪਤਾ ਨਹੀਂ ਅੱਜ ਮਾਂ ਆਈ ਉਸ ਤੋਂ ਬਾਅਦ ਅੱਗੇ ਇੱਦਾਂ ਦੀ ਫਿਲਮ ਆਵੇ ਨਾ ਆਵੇ। ਮੈਂ ਇਹੀ ਕਹੂੰਗਾ ਕਿ ਆਪਣੀ ਫੈਮਿਲੀ ਦੇ ਨਾਲ ਸਪੈਸ਼ਲੀ ਆਪਣੀ ਮਦਰ ਦੇ ਨਾਲ ਜਾ ਕੇ ਫਿਲਮ ਜ਼ਰੂਰ ਦੇਖੋ। ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।